ਇਹਦੇ ਵਿੱਚ ਗੱਡੀ ਨੂੰ ਰੈਸਟ ਵੀ ਤਾਂ ਦਿੰਦੇ ਹੋ ਸੋ? ਹਾਂ ਦਿੰਨੇ ਆ। ਅੱਛਾ ਹੁਣ ਤੁਸੀਂ ਸਾਨੂੰ ਜਿਹੜਾ ਨਾ ਇੱਥੇ ਵਾ ਕੇ ਚਲਾ ਕੇ ਇਹ ਵਿਖਾ ਸਕਦੇ ਹੋ? ਵਿਖਾ ਸਕਦੇ। ਤੇ ਇਹ ਸਾਨੂੰ ਮਿਹਰਬਾਨੀ ਕਰੋ ਕਿ ਅਸੀਂ ਜਿਹੜਾ ਨਾ ਲੋਕਾਂ ਨੂੰ ਵੀ ਦੱਸਣ ਜੋਗੇ ਹੋਈਏ ਬਈ ਇਹ ਜਿਹੜਾ ਨਾ ਹੁਣ ਟਰੈਕਟਰ ਦੀ ਕੋਈ ਵੈਲਿਊ ਨਹੀਂ ਰਹਿ ਗਈ ਇੱਥੇ ਸਾਡੇ ਇਲਾਕੇ ਲਈਏ ਸ਼ਹਿਰ ਦੇ ਵਿੱਚ ਜਿਹੜਾ ਨਾ ਧੜਾ ਧੜ ਇਹ ਮੋਟਰਸਾਈਕਲਾਂ ਬਣਾਈ ਜਾਂਦੇ ਨੇ। ਤੇ ਤੁਸੀਂ ਖੁਦ ਇੰਜੀਨੀਅਰ ਹੋ, ਇਹਨੂੰ ਤਿਆਰ ਖੁਦ ਕਰਦੇ ਹੋ? ਖੁਦ ਤਿਆਰ ਕਰਦੇ ਹੋ ਤੇ ਖੁਦ ਹੀ ਜਿਹੜਾ ਨਾ ਜੀ ਤੇ ਚਲਾਉਂਦੇ ਹੋ? ਤੇ ਤੁਹਾਨੂੰ ਅਗਰ ਗਵਰਨਮੈਂਟ ਜਾਂ ਜਾਪਾਨ ਵਾਲੇ ਵੱਡੀ ਗੱਡੀ ਦੇ ਦੇਣ, ਇਸ ਤੋਂ ਵੱਡੀ ਮੋਟਰਸਾਈਕਲ ਦੇ ਦੇਣ ਜਿਹਦੀ ਪਾਵਰ ਜ਼ਿਆਦਾ ਹੋਵੇ, ਤੇ ਤੁਸੀਂ ਫਿਰ ਮਕਸਦ ਮਾਸ਼ਾਅੱਲਾ ਕਮਾਈ ਵੀ ਜ਼ਿਆਦੀ ਕਰੋਗੇ। ਅੱਛਾ ਸਾਨੂੰ ਹੁਣ ਤੁਸੀਂ ਚਲਾ ਕੇ ਜ਼ਰਾ ਵਿਖਾਓ ਜੋ ਇਹ ਕਿਹੜੇ ਤਰੀਕੇ ਤੁਸੀਂ ਜਿਹੜਾ ਨਾ ਇਹਨੂੰ ਕਾਮਯਾਬ ਕਰ, ਸਾਨੂੰ ਵੀ ਪਤਾ ਲੱਗੇ ਕਿ ਇਹ ਵੇਖ ਲੋ ਬਾਈ ਜਾਨ, ਇਹ ਜਿਹੜਾ ਨਾ ਜੀ ਇਹ ਨਰਮੇ ਦੇ ਵਿੱਚ ਹਲ ਮਾਰੇ ਜਾਂਦੇ ਨੇ ਮੋਟਰਸਾਈਕਲ ਨਾਲ। ਇਹ ਵੀ ਤੁਸੀਂ ਵੇਖ ਸਕਦੇ ਹੋ ਕਿ ਹਲ ਕਿੰਨੇ ਗਹਿਰੇ ਨੇ, ਕਿੰਨੀ ਸਪੀਡ ਨਾਲ ਮਾਰੇ ਗਏ ਨੇ, ਤੇ ਮੋਟਰਸਾਈਕਲ ਦੀ ਵੇਖ ਲੋ ਕਿੰਨੀ ਸਪੀਡ ਹੈ। ਹੁਣ ਮਾਸ਼ਾਅੱਲਾ ਗਿਆ ਸੀ ਇੱਕ ਉਰਾਂ ਲੈ ਕੇ, ਦੂਜੀ ਉਰਾਂ ਲੈ ਕੇ ਆ ਰਿਹਾ ਹੈ, ਤੁਸੀਂ ਵੇਖ ਸਕਦੇ ਹੋ, ਤੁਹਾਡੇ ਅੱਖਾਂ ਦੇ ਸਾਹਮਣੇ ਹੈ। ਇਹ ਕੋਈ ਇਹੋ ਜਿਹੀ ਗੱਲ ਨਹੀਂ ਜਿਹੜੀ ਕਿ ਤੁਸੀਂ ਬਈ ਮੰਨਣ 'ਚ ਨਹੀਂ ਆਉਂਦੀ। ਇਹ ਤੁਸੀਂ ਵੇਖ ਸਕਦੇ ਹੋ ਇਹ ਉਰਾਂ ਲੈ ਕੇ ਆ ਰਿਹਾ ਹੈ, ਇਹ ਆ ਗਿਆ ਜੀ, ਇਹ ਮੋਟਰਸਾਈਕਲ ਇਹ ਜਾ ਰਹੀ ਹੈ ਜੀ, ਦੋ ਇੱਕ ਬੰਦਾ ਉਹਨੇ ਬਿਠਾਇਆ ਹੋਇਆ ਜੀ, ਇਹ ਨਰਮੇ ਦੇ ਵਿੱਚ। ਠੀਕ ਹੈ ਜੀ, ਬੜੀ ਮਿਹਰਬਾਨੀ।